ਸਮਾਜਿਕ ਸੰਸਾ ਵੌਇਸ ਅਗੇਂਸਟ ਕ੍ਰਾਈਮ ਅਤੇ ਲਾਇਨਸ ਕਲਬ ਮੋਹਾਲੀ ਸੁਪਰੀਮ ਦੇ ਸਹਿਯੋਗ ਨਾਲ ਫ੍ਰੀ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਲਗਾਏ ਗਏ ਇਸ ਕੈਂਪ ਵਿੱਚ ਇੰਡਸ ਹਸਪਤਾਲ ਦੇ ਮੋਹਾਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਚੈੱਕਅਪ ਕੀਤੇ ਤੇ ਬਾਇਓ ਵਿਸਟਾ ਲਾਈਫ ਸਾਇੰਸ ਵੱਲੋਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਲਾਇਨਸ ਕਲਬ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਲਾਇਨਸ ਕਲਬ ਸਮਾਜਿਕ ਕੰਮ ਕਰਨ ਲਈ ਹਮੇਸ਼ਾ ਮੋਰੀ ਰਹਿੰਦਾ ਹੈ ਇਸ ਮੌਕੇ ਐਮ ਜੀ ਐਫ ਲਾਇਨ ਲਲਿਤ ਬਹਿਲ ਡਿਸਟ੍ਰਿਕਟ ਗਵਰਨਰ 321 ਐਫ 1 ਲਾਇਨ ਜਗਜੀਤ ਕੋਰ ਕਾਲੋ ਚੇਅਰਮੈਨ ਸਰਦਾਰ ਹਰੀ ਸਿੰਘ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਐਂਡ ਡਾਇਰੈਕਟਰ ਲਾਇਨਸ ਕਲੱਬ ਮੋਹਾਲੀ ਸੁਪਰੀਮ ਸੋਸ਼ਲ ਐਕਟੀਵੇਟਸ ਰਿਟਾਇਰਡ ਬ੍ਰਿਗੇਡੀਅਰ ਰਜਿੰਦਰ ਸਿੰਘ ਕਾਲੋ ਐਮ ਜੀ ਐਫ ਲਾਇਨ ਤਿਲਕ ਰਾਜ ਚਾਰਟਰ ਪ੍ਰੈਜ਼ੀਡੈਂਟ ਲਾਇਨਸ ਕਲੱਬ ਮੋਹਾਲੀ ਸੁਪਰੀਮ ਅਤੇ ਕਾਜਲ ਮੰਗਲ ਮੁਕਤੀ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਰੋਜ਼ ਨਵੀਆਂ ਤੋਂ ਨਵੀਆਂ ਅਪਡੇਟਸ ਤੁਹਾਨੂੰ ਦੇ ਰਹੇ ਹਾਂ ਸੋ ਇਸੇ ਤਰ੍ਹਾਂ ਅਸੀਂ ਪਹਿਲਾਂ ਵੀ ਲਾਇਨਸ ਕਲੱਬ ਸੁਪਰੀਮ ਹੈ ਜਿਹੜਾ ਉਹਨਾਂ ਦੀ ਕਵਰੇਜ ਕੀਤੀ ਸੀ ਜਿੱਥੇ ਉਹਨਾਂ ਨੇ ਲੰਗਰ ਲਗਾਇਆ ਅਤੇ ਬਲੈਂਕਟਸ ਵੀ ਦਿੱਤੇ ਸੀ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਇਹਨਾਂ ਵੱਲੋਂ ਲਾਇਨਸ ਕਲੱਬ ਜਿਹੜਾ ਸੁਪਰੀਮ ਹੈ ਇਹਨਾਂ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਸੋ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਹਾਂਜੀ ਹੈ ਮੈਂ ਮਿਸਿਸ ਕਾਲੂ ਹਾਂ ਤੇ ਮੇਰੇ ਗਵਰਨਰ ਲਾਇਨਸ ਕਲ ਇੰਟਰਨੈਸ਼ਨਲ ਲਾਇਨਸ ਕਲਬ ਦੇ ਲਲਿਤ ਬਹਿਲ ਜੀ ਆ ਸਭ ਤੋਂ ਪਹਿਲਾਂ ਹੈਪੀ ਨਿਊ ਇਅਰ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਨਵੇਂ ਸਾਲ ਦੀ ਗੋਡ ਬles एवरीवन ਲਲਿਤ ਬਹਿਲ ਜੀ ਨਾਲ ਗੱਲ ਕਰਾਂਗੇ ਜੀ ਬਿਲਕੁਲ ਸਸਤੀ ਗੱਲ ਸਰ ਸਸਤੀ ਗੱਲ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪਣੇ ਬਾਰੇ ਦੱਸੋ ਮੈਂ ਤਾਂ ਇੱਕ ਛੋਟਾ ਜਿਹਾ ਇਨਸਾਨ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਏ ਨਵੇਂ ਸਾਲ ਦੀਆਂ ਤੇ ਜਿਵੇਂ ਵਾਹਿਗੁਰੂ ਨੇ ਸਾਡੀ ਡਿਊਟੀ ਲਗਾਈ ਹੈਗੀ ਵੀ ਅਸੀਂ ਗਰੀਬਾਂ ਦੀ ਜਿਹੜੀ ਹੈਗੀ ਹੈ ਮਦਦ ਕਰੀਏ ਤੇ ਉਹਨਾਂ ਦਾ ਜਿਹੜਾ ਹੈਗਾ ਦੁੱਖ ਜਿਹੜਾ ਹੈਗਾ ਜਿੰਨਾ ਵੀ ਘਟ ਕਰ ਸਕੀਏ ਉਹ ਕਰੀਏ ਤੇ ਅੱਜ ਨਵੇਂ ਸਾਲ ਦੇ ਵਿੱਚ ਮੇਰਾ ਜਿਹੜਾ ਡਿਸਟ੍ਰਿਕਟ ਦਾ ਬਹੁਤ ਹੀ ਵਧੀਆ ਕਲੱਬ ਹੈਗਾ ਲਾਇਨਸ ਕਲੱਬ ਮੁਹਾਲੀ ਸੁਪਰੀਮ ਉਹਨਾਂ ਨੇ ਅੱਜ ਨਵੇਂ ਸਾਲ ਦਾ ਜਿਹੜਾ ਹੈਗਾ ਸ਼ੁਰੂਆਤ ਉਹ ਵਾਹਿਗੁਰੂ ਜੀ ਦਾ ਪਾਠ ਰਖਵਾ ਕੇ ਉਹ ਸ਼ੁਰੂ ਕੀਤਾ ਤੇ ਉਥੋਂ ਦੀ ਅਸ਼ੀਰਵਾਦ ਲੈ ਕੇ ਇਹ ਬੀੜਾ ਚੱਕਿਆ ਵੀ ਇਸ ਪੂਰਾ ਸਾਲ ਜਿਹੜਾ ਹੈਗਾ ਉਹ ਆਪਣਾ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ ਤੇ ਲਾਇਨਸ ਕਲੱਬ ਇੰਟਰਨੈਸ਼ਨਲ ਜਿਹੜੀ ਹੈਗੀ ਹੈ ਜੀ ਇਹ ਇੰਟਰਨੈਸ਼ਨਲ ਜਿਵੇਂ ਇਹਦਾ ਨਾਮ ਹੀ ਹੈਗਾ ਇੰਟਰਨੈਸ਼ਨਲ ਤੇ ਇਹ ਤਕਰੀਬਨ 210 ਕੰਟਰੀਜ਼ ਦੇ ਵਿੱਚ ਇਹਦੀ ਹੋਂਦ ਹੈਗੀ ਹੈ ਔਰ ਤਕਰੀਬਨ 14 ਲੱਖ 70 ਕਹਜਾੜ ਜਿਹੜੇ ਹੈਗੇ ਨੇ ਮੈਂਬਰ ਹੈਗੇ ਨੇ ਔਰ ਇਹ ਸਾਰੀ ਜਿਹੜੀ ਸਾਡੀ ਇੰਟਰਨੈਸ਼ਨਲ ਟੀਮ ਹੈਗੀ ਹੈ ਪਲੱਸ ਜਿਹੜੀ ਸਾਡੀ ਇੰਡੀਆ ਦੇ ਵਿੱਚ ਟੀਮ ਹੈਗੀ ਹੈ ਵੀ ਆਰ ਵਰਕਿੰਗ ਜਸਟ ਲਾਈਕ ਅ ਫੈਮਿਲੀ ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕਰਦੇ ਆ ਤੇ ਅਸੀਂ ਸਾਡਾ ਜਿਹੜਾ ਸਲੋਗਨ ਹੈਗਾ ਉਹ ਹੈਗਾ ਵੀ ਸਰਵ ਤੇ ਵੀ ਸਰਵ ਦਾ ਮਤਲਬ ਇਹੀ ਹੈਗਾ ਅਸੀਂ ਕਿਸੇ ਤੇ एहसान ਨਹੀਂ ਕਰਦੇ ਉਹ ਵੈਗਰੂ ਨੇ ਜਿਹੜੀ ਸਾਡੀ ਡਿਊਟੀ ਲਗਾਈ ਹੈਗੀ ਵੀ ਮਾਨਵਤਾ ਦੀ ਸੇਵਾ ਕਰੀਏ ਅੱਖਾਂ ਦਾ ਦਾਨ ਅੱਖਾਂ ਦੇ ਆਪਰੇਸ਼ਨ ਬਲੱਡ ਡੋਨੇਸ਼ਨ ਅੱਜ ਜਿਵੇਂ ਮੈਡੀਕਲ ਚੈਕ ਅਪ ਕੈਂਪ ਲਗਾਇਆ ਹੋਇਆ ਹੈ ਅੱਗੇ ਤੇ ਔਰ ਵਾਇਸ ਅਗੇਂਸਟ ਕ੍ਰਾਈਮ ਐਨ ਜੀਓ ਦੇ ਨਾਲ ਮਿਲ ਕੇ ਇਸ ਵਕਤ ਬਹੁਤ ਹੀ ਅੱਛਾ ਇੱਥੇ ਜਿਹੜਾ ਹੈਗਾ ਸਾਰਾ ਕਾਰਜਕ੍ਰਮ ਕੀਤਾ ਜਾ ਰਿਹਾ ਹੈਗਾ ਤੇ ਇੰਡਸ ਹਸਪੀਟਲ ਦੇ ਜਿਹੜੇ ਐਕਸਪਰਟ ਹੈਗੇ ਨੇ ਡਾਕਟਰਸ ਜਿਹੜੇ ਹੈਗੇ ਨੇ ਉਹ ਵੀ ਆਏ ਹੋਏ ਨੇ ਤੇ ਬੜੀ ਅੱਛੀ ਤਰ੍ਹਾਂ ਸਾਰਾ ਚੈਕ ਅਪ ਕਰ ਰਹੇ ਹੈਗੇ ਨੇ ਇਵਨ ਡੈਂਟਲ ਚੈਕ ਅਪ ਵੀ ਅੱਜ ਇੱਥੇ ਕੀਤਾ ਜਾ ਰਿਹਾ ਹੈਗਾ ਤੇ ਮੈਂ ਇਹੀ ਪ੍ਰਾਰਥਨਾ ਕਰਾਂਗਾ ਦੇ ਕੱਲੋਂ ਮੈਡਮ ਨੂੰ ਤੇ ਕੱਲੋਂ ਸਾਹਿਬ ਨੂੰ ਇੰਨੀ ਹਿੰਮਤ ਦੇਵੇ ਨਾਲ ਮੇਰਾ ਇਹ ਛੋਟਾ ਵੀਰ ਜਿਹੜਾ ਹੈਗਾ ਤਿਲਕ ਰਾਜ ਔਰ ਜਿਹੜਾ ਪੂਰਾ ਕਲੱਬ ਹੈਗਾ ਇੰਨੀ ਇਹਨਾਂ ਨੂੰ ਹਿੰਮਤ ਦੇਵੇ ਵੈਗਰੂ ਵੀ ਇੰਝ ਇਮਾਨਦਾਰੀ ਦੀ ਸੇਵਾ ਕਰਦੇ ਰਹੇ ਸਰ ਮੇਰੇ ਕੋਲ ਇੱਕ ਸਵਾਲ ਹੈ ਤੁਹਾਨੂੰ ਜਿਵੇਂ ਤੁਸੀਂ ਹੁਣੇ ਕਿਹਾ ਕਿ ਤੁਹਾਡਾ ਜਿਹੜਾ ਵੌਇਸ ਅਗੇਂਸਟ ਕਰਾਈਮ ਹੈ ਸੋ ਇਸ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਬੇਸ਼ੱਕ ਸਰਕਾਰ ਸਾਡੀ ਬਹੁਤ ਵਧੀਆ ਐਸ ਵਕਤ ਬਟ ਫਿਰ ਵੀ ਕੀ ਹੁੰਦਾ ਹੈ ਕਿ ਜਿਵੇਂ ਕਰਾਈਮ ਹੈ ਵਧਦਾ ਜਾ ਰਿਹਾ ਕੁਝ ਸ਼ਰਾਰਤੀ ਅਨਸਰਾਂ ਦੇ ਕਾਰਨ ਨਿਤ ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਕੁਝ ਲੋਕਾਂ ਨੇ ਇਹ ਕਹਿਣਾ ਹੈ ਕਿ ਥਾਣਿਆਂ ਕਚੈਰੀਆਂ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੋ ਕੀ ਤੁਸੀਂ ਉਹਨਾਂ ਲੋਕਾਂ ਨੂੰ ਵੀ ਕੋਈ ਐਕਸਟਰਾ ਹੈਲਪ ਪ੍ਰੋਵਾਈਡ ਕਰਦੇ ਹੋ ਕੋਈ ਲੀਗਲ ਏਡ ਪ੍ਰੋਵਾਈਡ ਕਰਦੇ ਹੋ ਉਹਨਾਂ ਨੂੰ ਤੁਸੀਂ ਮੈਡਮ ਐਂਚ ਹੈਗਾ ਅਸੀਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਦਾ ਇੱਕ ਪ੍ਰੋਗਰਾਮ ਹੈਗਾ ਸਾਂਝ ਸਾਂਝ ਦੇ ਅੰਤਰਗਤ ਅਸੀਂ ਕਾਫੀ ਜਗ੍ਹਾ ਪੂਰੀ ਪੂਰੇ ਪੰਜਾਬ ਦੇ ਵਿੱਚ ਡਿਫਰੈਂਟ ਸਾਡੇ ਕਲੱਬ ਹੈਗੇ ਨੇ ਰਾਈਟ ਫਰੋਮ ਚੰਡੀਗੜ੍ਹ ਤੋਂ ਲੈ ਕੇ ਫਿਰੋਜ਼ਪੁਰ ਤੋਂ ਲੈ ਕੇ ਇੱਧਰ ਫਾਜ਼ਿਲਕਾ ਅਬੋਹਰ ਪਟਿਆਲਾ ਬਠਿੰਡਾ ਤੇ ਉਹਦੇ ਵਿੱਚ ਅਸੀਂ ਸਾਰੇ ਕੈਂਪ ਲਗਾਉਂਦੇ ਹੈਗੇ ਆ ਵਿਦ ਦ ਹੈਲਪ ਆਫ ਪੁਲਿਸ ਕਿਉਂਕਿ ਲੋਕਾਂ ਨੂੰ ਡਰ ਲੱਗਦਾ ਹੈਗਾ ਵੀ ਅਸੀਂ ਪੁਲਿਸ ਦੇ ਕੋਲ ਜਾਈਏ ਤੇ ਉਹ ਬੜੇ ਮੀਨਸ ਉਹ ਕੰਫਰਟੇਬਲ ਫੀਲ ਨਹੀਂ ਕਰਦੇ ਹੈਗੇ ਤੇ ਅਸੀਂ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਾਉਂਦੇ ਆਂ ਕੋਈ ਵੀ ਉਹਨਾਂ ਨੂੰ ਮੁਸ਼ਕਿਲ ਹੋਏ ਤੇ ਪੁਲਿਸ ਦੇ ਨਾਲ ਮਿਲ ਕੇ ਉਹਦੀ ਜਿਹੜੀ ਹੈਗੀ ਹੈ ਪੂਰੀ ਪੂਰੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈਗੀ ਜੀ ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਗਰਲਸ ਨੂੰ ਪੇਰੈਂਟਸ ਰੋਕਦੇ ਆ ਕਿ ਥਾਣੇ ਕਚੈਰੀਆਂ ਦੇ ਵਿੱਚ ਨਹੀਂ ਜਾਣਾ ਔਰ ਅੱਜਕੱਲ ਜਿਹੜੇ ਜ਼ਿਆਦਾਤਰ ਕਰਾਇਮ ਗਰਲਸ ਨਾਲ ਹੀ ਹੋ ਰਹੇ ਵੈਦਰ ਸ਼ੀਜ਼ ਮੈਰਿਡ অর ਅਨਮੈਰਿਡ ਕੀ ਉਹਨਾਂ ਪਰਿਵਾਰਾਂ ਨਾਲ ਵੀ ਤੁਸੀਂ ਪਰਸਨਲੀ ਤੌਰ ਤੇ ਮਿਲ ਕੇ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰਦੇ ਹੋ ਮੈਡਮ ਇਹ ਤਾਂ ਐਕਚੁਅਲੀ ਅਗਰ ਇਸ ਤਰੀਕੇ ਦਾ ਅਸੀਂ ਸ਼ੁਰੂ ਕਰੀਏ ਤਾਂ ਬੜਾ ਟਾਈਮ ਲੱਗ ਜਾਂਦਾ ਐਨੀ ਸਾਡੇ ਕੋਲ ਐਨੀ ਮੈਨਪਾਵਰ ਵੀ ਨਹੀਂ ਹੈਗੇ ਨੇ ਰਿਸੋਰਸਸ ਵੀ ਨਹੀਂ ਹੈਗੇ ਕਿ ਅਸੀਂ ਜਾ ਕੇ ਉਹਨਾਂ ਦੀ ਕਿਤੇ ਹੈਲਪ ਕਰੀਏ ਬਟ ਅਗਰ ਸਾਡੇ ਕੋਲ ਕੋਈ ਆਂਦਾ ਹੈਗਾ ਤਾਂ ਅਸੀਂ ਉਹਨਾਂ ਦੀ ਪੂਰੀ ਮਦਦ ਕਰਦੇ ਆਂ ਔਰ ਸੈਕੰਡਲੀ ਅਸੀਂ ਜਿਹੜੀ ਹੈਗੀ ਹੈ ਬੱਚਿਆਂ ਨੂੰ ਸ਼ੁਰੂ ਤੋਂ ਹੀ ਪ੍ਰਾਇਮਰੀ ਸਟੇਜ ਤੋਂ ਹੀ ਉਹਨਾਂ ਨੂੰ ਐਜੂਕੇਸ਼ਨ ਦਾ ਦੇਣ ਦਾ ਪੂਰਾ ਉਹਨਾਂ ਨੂੰ ਸਿਖਾਈਦਾ ਹੈਗਾ ਤੇ ਉਸ ਤੋਂ ਬਾਅਦ ਇੱਕ ਸਾਡੇ ਇੱਕ ਬਹੁਤ ਅੱਛਾ ਪ੍ਰੋਗਰਾਮ ਹੈਗਾ ਥੈਟ ਇਜ਼ ਕੁਐਸਟ ਲਾਇਨਸ ਕਲੱਬ ਕੁਐਸਟ ਉਹਦੇ ਵਿੱਚ ਅਸੀਂ ਸਾਰੀ ਟ੍ਰੇਨਿੰਗ ਦਿੰਦੇ ਆਂ ਬੱਚਿਆਂ ਨੂੰ ਮਿਸ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਸਾਡੀ तकरीबन 14 ਸਾਲ ਤੋਂ ਲੈ ਕੇ 20 ਸਾਲ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਅਗਰ ਉਹਨਾਂ ਦੇ ਨਾਲ ਕੁਝ ਇਹੋ ਜਿਹਾ ਗਲਤ ਹੁੰਦਾ ਹੈਗਾ ਖਾਸ ਕਰ ਗਰਲਸ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਅਗਰ ਕੁਝ ਗਲਤ ਹੁੰਦਾ ਹੈਗਾ ਤੇ ਉਹਨਾਂ ਨੇ ਕਿਵੇਂ ਰਿਐਕਟ ਕਰਨਾ ਹੈ ਤੇ ਕਿਵੇਂ ਉਹ ਆਪਣੇ ਪੇਰੈਂਟਸ ਨੂੰ ਦੱਸ ਸਕਦੇ ਨੇ ਜਾਂ ਕਿਵੇਂ ਆਪਣੇ ਜਿਹੜੇ ਗਾਰਡੀਅਨਸ ਹੈਗੇ ਨੇ ਉਹਨਾਂ ਨੂੰ ਇਨਫਾਰਮ ਕਰ ਸਕਦੇ ਨੇ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਓਕੇ ਕੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਤੁਹਾਡੀ ਜਿਵੇਂ ਲਾਇਓਨਸ ਕਲੱਬ ਬਾਰੇ ਦੱਸ ਸਕਦੇ ਆ ਕਿ ਆ ਕੇ ਅਗਰ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ ਬੇਸ਼ੱਕ ਉਹ ਲੀਗਲ ਹੈਲਪ ਹੋਵੇ ਜਾਂ ਮੈਡੀਕਲ ਜਾਂ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਐਜੂਕੇਸ਼ਨ ਇਹਨਾਂ ਦਾ ਮੇਨ ਮੋਟਿਵ ਹੈ ਇਹ ਸਭ ਤੋਂ ਵਧੀਆ ਗੱਲ ਹੈ ਬਿਕੋਜ਼ ਐਜੂਕੇਸ਼ਨ ਇਜ਼ ਦਾ ਥਰਡ ਆਈ ਆਫ ਹਿਊਮਨ ਬੀਿੰਗ ਤੋਂ ਜੇਕਰ ਕੋਈ ਪਰਿਵਾਰ ਦਾ ਇੱਕ ਮੈਂਬਰ ਵੀ ਪੜਿਆ ਲਿਖਿਆ ਹੋਵੇਗਾ ਤਾਂ ਉਹ ਪੂਰੇ ਪਰਿਵਾਰ ਨੂੰ ਐਜੂਕੇਟ ਕਰ ਸਕਦਾ ਹੈ ਸੋ ਕੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਲੋੜਵੰਦਾਂ ਨੂੰ ਤੁਹਾਡੀ ਐਨਜੀਓ ਦਾ ਰੈਫਰੈਂਸ ਦੇ ਸਕਦੇ ਆ ਡੈਫੀਨੇਟਲੀ ਮੈਡਮ ਉਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਲਾਈਨਿਜ਼ਮ ਦਾ ਮਤਲਬ ਹੀ ਇਹੀ ਹੈਗਾ ਹੈਗਾ ਹੈ ਵੀ ਵੀ ਸਰ ਸੋ ਮੇਰਾ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇਵਾਂਗਾ ਬੀਇੰਗ ਅ ਡਿਸਟ੍ਰਿਕਟ ਕੋਆਰਡੀਨੇਟਰ ਮੇਰੀ ਪੂਰੀ ਟੀਮ ਡਿਸਟ੍ਰਿਕਟ ਦੀ ਮੇਰੇ ਵੀਡੀਜੀ 2 ਸਾਡੇ ਸੈਕਟਰੀ ਸਾਹਿਬ ਔਰ ਜਿੰਨੇ ਵੀ ਸਾਡੇ ਆਫੀਸ਼ੀਅਲਸ ਹੈਗੇ ਨੇ 24 ਘੰਟੇ ਅਸੀਂ ਤਿਆਰ ਹੈਗੇ ਆ ਕਿਸੇ ਦਾ ਵੀ ਫੋਨ ਕਾਲ ਆਈ ਜਾਂ ਕਿਸੇ ਤਰੀਕੇ ਦੀ ਮਦਦ ਚਾਹੀਦੀ ਹੁੰਦੀ ਹੈ ਤੋ ਚਾਹੇ ਸਾਡੇ ਕਿਸੇ ਕਲੱਬ ਜਿਵੇਂ ਕਿ ਸੁਪਰੀਮ ਕਲੱਬ ਹੈਗਾ ਮੁਹਾਲੀ ਸੁਪਰੀਮ ਉਹਦੇ ਥਰੂ ਆ ਜਾਏ ਜਾਂ ਡਾਇਰੈਕਟਲੀ ਵੀ ਆਂਦੀ ਹੈ ਤਾਂ ਅਸੀਂ ਪੂਰੀ ਮਦਦ ਕਰਾਂਗੇ ਜੀ ਉਹਨਾਂ ਜੀ ਬਿਲਕੁਲ ਸਰ ਤੁਸੀਂ ਉਹਨਾਂ ਲੋਕਾਂ ਲਈ ਇੱਕ ਬਹੁਤ ਵਧੀਆ ਐਗਜ਼ਾਮਪਲ ਸੈੱਟ ਕਰ ਰਹੇ ਹੋ ਜਿਵੇਂ ਕਿ ਅਸੀਂ ਦੇਖਦੇ ਆ ਚਾਹੇ ਕੋਈ ਰਿਟਾਇਰਡ ਪੁਲਿਸ ਆਫੀਸਰ ਹੈ ਕੋਈ ਵੀ ਹੈ ਉਹ ਕੀ ਫਿਰ ਵੀ ਆਪਣੇ ਆਪ ਚ ਬੀਜ਼ੀ ਨੇ ਕ腐ਸ਼ਨ ਚ ਬੀਜ਼ੀ ਨੇ ਜਾਂ ਆਪਣੇ ਆਪ ਬਾਰੇ ਹੀ ਸੋਚ ਰਹੇ ਨੇ ਬਟ ਤੁਸੀਂ ਇੱਕ ਬਹੁਤ ਵਧੀਆ ਐਗਜ਼ਾਮਪਲ ਹੋ ਉਹਨਾਂ ਲੋਕਾਂ ਲਈ ਕਿ ਤੁਸੀਂ ਆਪਣਾ ਆਪ ਛੱਡ ਕੇ ਇੱਕ ਲੋੜਵੰਦਾਂ ਦੇ ਲਈ ਸਭ ਤੋਂ ਪਹਿਲ ਕੀਤੀ ਆ ਸੋ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹ ਦਾ ਧੰਨਵਾਦ ਕਰਦੀ ਆ ਮੈਂ ਅਰਦਾਸ ਕਰਦੀ ਆ ਕਿ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡਾ ਇਹ ਜਿਹੜਾ ਲਾਇਨ ਕਲਬ ਸੁਪਰੀਮ ਹੈ ਇਹ ਅੱਗੇ ਤੋਂ ਅੱਗੇ ਤਰੱਕੀ ਕਰੇ ਔਰ ਵੱਧ ਤੋਂ ਵੱਧ ਲੋਕ ਤੁਹਾਡੇ ਨਾਲ ਜੁੜਨ ਤਾਂ ਜੋ ਉਹਨਾਂ ਦੀ ਹੈਲਪ ਕੀਤੀ ਜਾ ਸਕੇ ਥੈਂਕ ਯੂ ਮੈਡਮ ਲਾਇਨਸ ਕਲਬ ਸੁਪਰੀਮ ਤਾਂ ਸਾਡੀ ਫੈਮਿਲੀ ਦਾ ਇੱਕ ਮੈਂਬਰ ਹੈਗਾ ਇਸ ਵਕਤ ਜਿਵੇਂ ਮੈਂ ਤੁਹਾਨੂੰ ਦੱਸੇਗਾ ਮੇਰੀ ਡਿਸਟ੍ਰਿਕਟ ਜਿਹੜੀ ਹੈਗੀ 321 FA ਹੈਗੀ ਹੈ ਸਾਡੀ ਡਿਸਟ੍ਰਿਕਟ ਜਿਹੜੀ ਹੈ ਤੇ ਉਹਦੇ ਵਿੱਚ 153 ਕਲੱਬ ਇਸ ਵਕਤ ਹੈਗੇ ਨੇ ਉਹ तकरीबन 4.5 ਹਜ਼ਾਰ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਮੈਂਬਰ ਹੈਗੇ ਨੇ ਤੇ ਅਸੀਂ ਸਾਰੇ ਇੱਕ ਫੈਮਿਲੀ ਹੈਗੇ ਆ ਤੇ ਵਾਹਿਗੁਰੂ ਨੂੰ ਤਾਂ ਮੈਂ ਇਹ ਹੀ ਕਹਿੰਦਾ ਹੈਗਾ ਵੀ ਇੱਕ ਇੱਕ ਮੈਂਬਰ ਕਿਉਂਕਿ ਉਹਨੇ ਸਾਡੀ ਡਿਊਟੀ ਲਗਾਈ ਹੈਗੀ ਹੈ ਕਿਉਂਕਿ ਉਹ ਹਰ ਇੱਕ ਬੰਦੇ ਕੋਲ ਪ੍ਰਤੱਖ ਰੂਪ ਦੇ ਵਿੱਚ ਨਹੀਂ ਪਹੁੰਚ ਸਕਦੇ ਹੈਗੇ ਨੇ ਤੇ ਉਹ ਲਾਇਅੰਸ ਦੀ ਡਿਊਟੀ ਲਗਾਉਂਦੇ ਹੈਗੇ ਵੀ ਜਾ ਕੇ ਕਿਸੇ ਦੇ ਘਰ ਦੇ ਵਿੱਚ ਦੀਵਾ ਜਲਾਓ ਕਿਸੇ ਦੀਆਂ ਅੱਖਾਂ ਦੇ ਵਿੱਚ ਰੌਸ਼ਨੀ ਲੈ ਕੇ ਆਓ ਕਿਸੇ ਲੂਲੇ ਲੰਗੜੇ ਵਾਸਤੇ ਬਸਾਕੀ ਦਾ ਸਹਾਰਾ ਬਣੋ ਕਿਸੇ ਮੀਨਸ ਬ੍ਰਿਲੀਅੰਟ ਸਟੂਡੈਂਟ ਵਾਸਤੇ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਫੈਮਿਲੀ ਦੇ ਵਿੱਚ ਜਿਹੜਾ ਹੈਗਾ ਅ ਅੱਗੇ ਲੈ ਕੇ ਜਾਓ ਪਲਸ ਸਕਿੱਲ ਡਿਵੈਲਪਮੈਂਟ ਦਾ ਕੰਮ ਅਸੀਂ ਬਹੁਤ ਜ਼ਿਆਦਾ ਸ਼ੁਰੂ ਕਰਨਾ ਚਾਹ ਰਹੇ ਹਾਂ ਕਿਉਂਕਿ ਲੰਗਰ ਅਸੀਂ ਲਗਾਉਂਦੇ ਹੈਗੇ ਆ ਪਰ ਲੰਗਰ ਲਗਾਉਣ ਦੇ ਨਾਲ ਇੱਕ ਵਕਤ ਦੀ ਰੋਟੀ ਜਿਹੜੀ ਹੈਗੀ ਹੈ ਉਹ ਮੂੰਹ 'ਚ ਪੈਂਦੀ ਹੈਗੀ ਹੈ ਅਗਰ ਅਸੀਂ ਸਕਿੱਲ ਡਿਵੈਲਪਮੈਂਟ ਦਾ ਕੰਮ ਉਹਨਾਂ ਨੂੰ ਸਿਖਾ ਦਿੰਨੇ ਆ ਤੇ ਮੇਰੇ ਖਿਆਲ ਨਾਲ ਪੂਰੀ ਜ਼ਿੰਦਗੀ ਦੀ ਨਾ ਕਿ ਆਪਣਾ ਪੇਟ ਪਰ ਦੇ ਆਪਣੇ ਪੂਰੇ ਪਰਿਵਾਰ ਦਾ ਪੇਟ ਵੀ ਪਰਦੇ ਹੈਗੇ ਨੇ ਮੀਨਸ ਕਹਿਣ ਦਾ ਭਾਵ ਹੈ ਕਿ ਤੁਸੀਂ ਲੋਕਾਂ ਨੂੰ ਅੱਖਾਂ ਦੇਣ ਦੇ ਬਜਾਇਰ ਮਤਲਬ ਕਿ ਰਾਹ ਦਿਖਾਣ ਦੇ ਬਜਾਇਰ ਉਹਨਾਂ ਨੂੰ ਅੱਖਾਂ ਦੇ ਦਿੰਦੇ ਤਾਂ ਕਿ ਉਹ ਆਪਣਾ ਵਧੀਆ ਰਾਹ ਆਪ ਚੁਣ ਸਕਣ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੀ ਸਾਡਾ ਮੇਨ ਮਕਸਦ ਇਹੀ ਹੈ ਸਰ ਤੁਹਾਡੇ ਕਲੱਬ ਨਾਲ ਜੁੜਨ ਦੇ ਲਈ ਕੀ ਕੋਈ ਕੋਈ ਪ੍ਰੋਟੋਕੋਲ ਹੈ ਜਾਂ ਕੋਈ ਵੀ ਮੈਂਬਰ ਆ ਕੇ ਤੁਹਾਡੇ ਕਲੱਬ ਨੂੰ ਜੁਆਇਨ ਕਰ ਸਕਦਾ ਜਿਹਦੇ ਦਿਲ ਦੇ ਵਿੱਚ ਮਾਨਵਤਾ ਦੀ ਸੇਵਾ ਕਰਨ ਦੇ ਬਲਬਲੇ ਹੈਗੇ ਨੇ ਕਿਉਂਕਿ ਇਹ ਜਿਹੜਾ ਹੈਗਾ ਜਿਹੜਾ ਕੰਮ ਅਸੀਂ ਸਾਡੇ ਲਾਇੰਸ ਕਰ ਰਹੇ ਹੈਗੇ ਨੇ ਇਹੀ ਜਿਹੜਾ ਹੈਗਾ ਅਗਲੇ ਜਨਮ ਚ ਜਿਹੜਾ ਹੈਗਾ ਪੁੰਨ ਜਿਹੜੇ ਹੈਗੇ ਉਹੀ ਜਾਣੇ ਪੈਸਾ ਤੇਲਾ ਇੱਥੇ ਹੀ ਰਹਿ ਜਾਣਾ ਹੈਗਾ ਸਾਰਿਆਂ ਦਾ ਤੇ ਕੋਈ ਵੀ ਬੰਦਾ ਜਿਹੜਾ ਕਿ ਕੈਪੇਬਲ ਹੈਗਾ ਮਾਨਵਤਾ ਦੀ ਸੇਵਾ ਕਰਨ ਵਾਸਤੇ ਫਿਜ਼ੀਕਲੀ ਫਾਈਨੈਂਸ਼ੀਅਲੀ ਔਰ ਐਨੀ ਟਾਈਪ ਆਫ ਹੈਲਪ ਤੋਂ ਉਹ ਹਮੇਸ਼ਾ ਵੈਲਕਮ ਹੈਗੇ ਨੇ ਜੀ ਸਾਡੇ ਲਾਇੰਸ ਕਲੱਬ ਦੇ ਵਿੱਚ ਤੇ ਉਦੋਂ ਇਸ ਕੋਈ ਖਾਸ ਫਾਰਮੈਲਟੀ ਨਹੀਂ ਹੈਗੀ ਹੈ ਉਹਨਾਂ ਨੂੰ ਇੱਕ ਐਪਲੀਕੇਸ਼ਨ ਜਿਹੜੇ ਪਾਰਟਿਕੂਲਰ ਏਰੀਆ ਦੇ ਪ੍ਰੈਜ਼ੀਡੈਂਟ ਹੈਗੇ ਉਹਨਾਂ ਨੂੰ ਦੇਣੀ ਪੈਂਦੀ ਹੈਗੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਇੰਟਰਵਿਊ ਹੁੰਦੀ ਹੈ ਤੇ ਉਹਨਾਂ ਨੂੰ ਐਜ਼ ਅ ਲਾਇਨ ਮੈਂਬਰ ਬਣਾ ਲਿਤਾ ਜਾਂਦਾ ਜੀ ਸਰ ਮੈਂ ਵੀ ਸਰ ਤੁਹਾਡੇ ਇਸ ਕਲੱਬ ਨੂੰ ਕਨਸੀਡਰ ਕਰਦੀ ਆ ਐਜ਼ ਲਾਈਕ ਅ ਖਾਲਸਾ ਐਡ ਜਿਵੇਂ ਕਿ ਖਾਲਸਾ ਐਡ ਵੀ ਇੱਕ ਐਨ ਜੀਓ ਹੈ ਬਹੁਤ ਜ਼ਿਆਦਾ ਫੇਮਸ ਨੇ ਜਿੱਥੇ ਕੋਈ ਨਹੀਂ ਪੁੱਜਦਾ ਉੱਥੇ ਖਾਲਸਾ ਐਡ ਵਾਲੇ ਜਾ ਕੇ ਪੁੱਜ ਕੇ ਹੈਲਪ ਕਰਦੇ ਨੇ ਸੋ ਮੈਨੂੰ ਤੁਹਾਡੇ ਕਲੱਬ ਦਾ ਵੀ ਉਹੀ ਅਹਿਸਾਸ ਹੋਇਆ ਕਿ ਜਿੱਥੇ ਕੋਈ ਨਹੀਂ ਖੜੇਗਾ ਕਿ ਉੱਥੇ ਲਾਇਨਸ ਕਲੱਬ ਆ ਵਾਲੇ ਖੜ ਕੇ ਆ ਕੇ ਹੈਲਪ ਕਰਨਗੇ ਕੀ ਸੇਮ ਉਹੀ ਅਸਰ ਹੈ ਬਿਲਕੁਲ ਉਹ ਤਾਂ ਐਂ ਚਾਹੇ ਜੀ ਉਹ ਉਹ ਵੀ ਵਾਹਿਗੁਰੂ ਦਾ ਹੁਕਮ ਵਜਾ ਰਹੇ ਨੇ ਅਸੀਂ ਵੀ ਵਾਹਿਗੁਰੂ ਦਾ ਹੁਕਮ ਵਜਾ ਰਹੇ ਹੈਗੇ ਆ ਅਸੀਂ ਸਿਰਫ ਆਪਣੇ ਆਪ ਨੂੰ ਲਿਮਿਟਿਡ ਪੰਜਾਬ ਜਾਂ ਹਿੰਦੁਸਤਾਨ ਤੱਕ ਨਹੀਂ ਕੀਤਾ ਗਿਆ ਹੁਣ ਜਿਵੇਂ ਯੂਕਰੇਨ ਦੇ ਵਿੱਚ ਬਹੁਤ ਜ਼ਬਰਦਸਤ ਜਿਹੜੀ ਹੈਗੀ ਲੜਾਈ ਹੋ ਰਹੀ ਹੈਗੀ ਤੇ ਉੱਥੇ ਲੱਖਾਂ ਜਿਹੜੇ ਬੱਚੇ ਹੈਗੇ ਨੇ ਉਹ ਯਤੀਮ ਹੋਏ ਹੋਏ ਨੇ ਹੁਣ ਮੈਂ ਆਪਣੇ ਜਿੰਨੇ ਵੀ ਇੱਥੇ ਕਲੱਬ ਹੈਗੇ ਉਹਨਾਂ ਨੂੰ ਅਪੀਲ ਕੀਤੀ ਹੈ ਵੀ 14 ਡਾਲਰ ਪਰ ਪਰਸਨ ਜਿਹੜਾ ਮੈਂਬਰ ਹੈਗਾ ਉਹਦੇ ਉਹ ਡੋਨੇਸ਼ਨ ਦੇਣ ਤੇ ਉਹ 14 ਡਾਲਰ ਪਰ ਮੈਂਬਰ ਦੇ ਹਿਸਾਬ ਨਾਲ ਜਿਹੜਾ ਪੈਸਾ ਇਕੱਠਾ ਹੋਏਗਾ ਅਸੀਂ ਉਹ ਉੱਥੇ ਯੂਕਰੇਨ ਭੇਜਾਂਗੇ ਤਾਂ ਕਿ ਉਹ ਉੱਥੇ ਵੀ ਸਾਡਾ ਕਲੱਬ ਹੈਗਾ ਲਾਇਨਸ ਕਲੱਬ ਹੀ ਹੈਗਾ ਉਹਦੇ ਕੋਲ ਪੈਸਾ ਜਾਏਗਾ ਤੇ ਉਹ ਸਾਰੇ ਬੱਚਿਆਂ ਦੀ ਜਿਹੜੀ ਹੈਗੀ ਆ ਦੇਖ ਰਹੇ ਕਿ ਉਹਨਾਂ ਦੀ ਰੋਟੀ ਪਾਣੀ ਠੰਡ ਬਹੁਤ ਹੈਗੀ ਬਰਫ਼ ਪਈ ਹੈਗੀ ਬਹੁਤ ਜ਼ਿਆਦਾ ਸਾਰੇ ਉਹਨਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉੱਥੇ ਸਾਡਾ ਜਿਹੜਾ ਯੂਕਰੇਨ ਦਾ ਲਾਇਨਸ ਕਲੱਬ ਹੈਗਾ ਉਹ ਦੇਖ ਦਿਖ ਰਿਹਾ ਔਰ ਸਾਰੇ ਦੁਨੀਆ ਤੋਂ ਜਿਹੜੇ ਹੈਗੀ ਹੈ ਪੈਸੇ ਉੱਥੇ ਜਾ ਰਹੇ ਨੇ ਲਾਇਨਸ ਵੱਲੋਂ ਸਰ ਮੇਰਾ ਇੱਕ ਸਵਾਲ ਹੈ ਥੋੜਾ ਪਰਸਨਲ ਹੈ ਕਿ ਮੈਂ ਤੁਹਾਨੂੰ ਪੁੱਛ ਸਕਦੀ ਹਾਂ ਹਾਂ ਜੀ ਡੈਫੀਨਿਟਲੀ ਮੈਮ ਮੈਨੂੰ ਐਵੇਂ ਲੱਗਦਾ ਹੈ ਕਿ ਜਿਹੜੇ ਲੋਕੀ ਲੋਕਾਂ ਦੇ ਹਿੱਤ ਦੇ ਲਈ ਪਹਿਲਾਂ ਉਤਰਦੇ ਨੇ ਸੋ ਸਮ ਟਾਈਮ ਕੀ ਹੁੰਦਾ ਹੈ ਕਿ ਸਰਕਾਰ ਵੱਲੋਂ ਵੀ ਤੇ ਲੋਕਾਂ ਦੁਆਰਾ ਵੀ ਉਹਨਾਂ ਨੂੰ ਪੋਲਿਟੀਸ਼ੀਅਨ ਵਿੱਚ ਆਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਜਾਂ ਸਰਕਾਰ ਵੱਲੋਂ ਤੁਹਾਨੂੰ ਅਗਰ ਕਿਹਾ ਜਾਵੇ ਕਿ ਤੁਸੀਂ ਪੋਲਿਟਿਕਸ ਵਿੱਚ ਆਓ ਕਿਉਂਕਿ ਆਪਾਂ ਮੋਸਟਲੀ ਕੀ ਹੁੰਦਾ ਹੈ ਕਿ ਜ਼ਿਆਦਾਤਰ ਅਸੀਂ ਹੈਲਪ ਨਾ ਸਿਸਟਮ ਦੇ ਵਿੱਚ ਰਹਿ ਕੇ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਆ ਸੋ ਜੇਕਰ ਤੁਹਾਨੂੰ ਇਸ ਤਰੀਕੇ ਦਾ ਕੋਈ ਆਫਰ ਆਵੇ ਕਿ ਤੁਸੀਂ ਪੋਲਿਟਿਕਸ ਜਾਣਾ ਚਾਹੋਗੇ ਨਹੀਂ ਜੀ ਮੈਂ ਪੋਲਿਟਿਕਸ ਦੇ ਵਿੱਚ ਤਾਂ ਬਿਲਕੁਲ ਨਹੀਂ ਜਾਣਾ ਚਾਹਾਂਗਾ ਕਿਉਂਕਿ ਸਾਡਾ ਮੇਨ ਮਕਸਦ ਹੈਗਾ ਮਾਨਵਤਾ ਦੀ ਸੇਵਾ ਸਾਡਾ ਕੋਈ ਪੋਲਿਟੀਕਲ ਗੇਨ ਹੈ ਨਹੀਂ ਹੈਗਾ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ ਹਾਂ ਅਸੀਂ ਤਾਂ ਜਨਤਾ ਦੇ ਨਾਲ ਜੁੜੇ ਹੋਏ ਆਂ ਔਰ ਲੋੜਮੰਦਾਂ ਦੇ ਨਾਲ ਜੁੜੇ ਹੋਏ ਆਂ ਔਰ ਰੱਬ ਇੱਥੇ ਹੀ ਰੱਖੇ ਤਾਂ ਬਹੁਤ ਵਧੀਆ ਆਪਾਂ ਮੈਂ ਤਾਂ ਕਮ ਸੇ ਕਮ ਨਾ ਹੀ ਮੇਰੀ ਪੂਰੀ ਟੀਮ ਦੇ ਵਿੱਚ ਕੋਈ ਵੀ ਇੰਟਰਸਟਿਡ ਹੈਗਾ ਜਿਹੜਾ ਕਿ ਪੋਲਿਟਿਕਸ ਦੇ ਵਿੱਚ ਜਾਏ ਔਰ ਈਵਨ ਅਸੀਂ ਪੋਲਿਟੀਕਲੀ ਕਿਸੇ ਨੂੰ ਅਸੀਂ ਕਿਸੇ ਵੀ ਪਾਰਟੀ ਨੂੰ ਉਹ ਵੀ ਨਿਕਰਦੇ ਹੈਗੇ ਉਹਦੀ ਕਨਵੈਂਸਿੰਗ ਵੀ ਨਹੀਂ ਕਰਦੇ ਵੀ ਹਾਂ ਇਹਨੂੰ ਵੋਟ ਕਰੋ ਜਾਂ ਇੰਝ ਕਰੋ ਉਹ ਸਾਰਾ ਜਨਤਾ ਦਾ ਆਪਣਾ ਜਿਹੜਾ ਹੈਗਾ ਰਵਈਆ ਹੈਗਾ ਤੇ ਉਹਨਾਂ ਦੀ ਆਪਣੀ ਸੋਚ ਹੈਗੀ ਹੈ ਤੇ ਰੱਬ ਵੀ ਬਚਾਏ ਪੋਲਿਟਿਕਸ ਤੋਂ ਮੌਜੂਦਾ ਸਰਕਾਰ ਬਾਰੇ ਕੀ ਖਿਆਲ ਹੈ ਸਰ ਤੁਹਾਡਾ ਮੌਜੂਦਾ ਸਰਕਾਰ ਮੈਂ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਜੀ ਵਧੀਆ ਚੱਲ ਰਹੀਆਂ ਸਾਰੀਆਂ 9 ਕਮੈਂਟਸ ਜੀ ਬਿਲਕੁਲ ਸੋ ਤੁਸੀਂ ਵੇਖਿਆ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਚਾਹੇ ਇਹਨਾਂ ਨੂੰ ਕੋਈ ਪੋਲਿਟੀਕਲ ਪਾਰਟੀ ਆਫਰ ਕਰੇ ਬਟ ਕਿਸੇ ਪਾਰਟੀ ਨਾਲ ਜੁੜਨ ਦੀ ਬਜਾਏ ਇੱਕ ਇਨਸਾਨੀਅਤ ਦੇ ਨਾਤੇ ਹਰ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਨੇ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਲੱਗਿਆ ਮੈਮ ਅੱਜ ਲਾਇਓਨਸ ਕਲਮ ਮੁਹਾਲੀ ਸੁਪਰੀਮ ਵੌਇਸ ਅਗੇਂਸਟ ਕ੍ਰਾਈਮ ਐਂਡ 올ਡ ਏਜ ਹੋਮ ਅਸੀਂ ਸਾਰੇ ਕਲੱਬਾਂ ਨੇ ਮਿਲ ਕੇ ਜੋ ਮੁਹਾਲੀ ਦੇ ਸਮਾਜ ਸੇਵੀ ਨੇ ਆਪਣੇ ਗਵਰਨਰ ਲਲਿਤ ਬਹਿਲ ਜੀ ਦੀ ਤਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਇੱਕ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਐਂਡ ਇਸ ਚ ਅਸੀਂ ਨਾਲ ਅਸੀਂ ਲੰਗਰ ਸੇਵਾ ਵੀ ਚਲਾਈ ਹੈ ਸੋ ਜਿਵੇਂ ਗਵਰਨਰ ਸਾਹਿਬ ਦੀ ਹਦਾਇਤਾਂ ਹੁੰਦੀਆਂ ਰਹਿਣਗੀਆਂ ਅਸੀਂ ਕੰਮ ਕਰਦੇ ਰਹਾਂਗੇ ਸਮਾਜ ਸੇਵਾ ਲਈ ਤੇ ਤੁਹਾਡੇ ਚੈਨਲ ਲਈ ਮੇਰਾ ਇਹੀ ਮੈਸੇਜ ਹੈ ਸਭ ਤੋਂ ਪਹਿਲਾਂ ਇੱਕ ਤਾਂ ਨਵੇਂ ਸਾਲ ਦੀ ਮੁਬਾਰਕਾਂ ਦੇਣਾ ਚਾਹਾਂਗਾ ਸਾਰੇ ਦੂਰ ਦਰਾਡੇ ਦੇਸ਼ਾਂ 'ਚ ਬੈਠੇ ਹੋਏ ਤੁਹਾਡੇ ਦਰਸ਼ਕਾਂ ਨੂੰ ਐਂਡ ਸਾਰੀ ਦੁਨੀਆ ਨੂੰ ਐਂਡ ਸੈਕੰਡ ਥਿੰਗ ਸਾਰੇ ਕਲੱਬਾਂ ਨੂੰ ਇਕੱਠੇ ਹੋ ਕੇ ਅਗਿਆਣਾ ਚਾਹੀਦਾ ਤੇ ਇਕੱਠੇ ਮਿਲ ਕੇ ਹੀ ਮਾਨਵਤਾ ਦੀ ਸੇਵਾ ਸੰਭਵ ਹੈ ਤੇ ਇਕੱਠੇ ਹੋ ਕੇ ਕਰਨੀ ਚਾਹੀਦੀ ਹੈ ਜੀ ਬਿਲਕੁਲ ਥੈਂਕ ਯੂ ਸੋ ਮਚ ਹਾਂਜੀ ਹਾਂ ਬੇਟੇ ਪਹਿਲਾਂ ਮੈਂ ਤੁਸੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਜਸ਼ਨ ਜਸ਼ਨ ਅੱਜ ਹੈਪੀ ਨਿਊ ইয়ার ਆ ਤੇ ਤੂੰ ਹਾਰਸ਼ਿੰਗਾਰ ਕਿਉਂ ਨਹੀਂ ਕੀਤਾ ਹੋਇਆ ਮੈਂ ਮੈਂ ਐਕਚੁਅਲੀ ਮ ਆਲਵੇਜ਼ ਸਿੰਪਲ ਰਹਿਣਾ ਪਸੰਦ ਕਰਦੀ ਹਾਂ ਓਕੇ ਵੈਰੀ ਨਾਈਸ ਵੈਰੀ ਨਾ ਯੂ ਲੁਕਿੰਗ ਵੈਰੀ ਪ੍ਰਿਟੀ ਵੈਰੀ ਯਰ ਐਕਸਪ੍ਰੈਸ਼ਨ ਲੁਕਿੰਗ ਵੈਰੀ ਕਾਈਂਡ ਆਲਸੋ ਮੈਂ ਤੁਹਾਡੇ ਵਾਲੀ ਵੇਖ ਰਹੀ ਸੀ ਮੈਂ ਕਿਹਾ ਵੀ ਤੁਹਾਡੇ ਚਿਹਰੇ ਤੋਂ ਜਿੰਨੀ ਸਮਾਜ ਸੇਵਾ ਚਲਕਦੀ ਪਈ ਆ ਉਹ ਹੋਰ ਕਿੱਥੋਂ ਕੀ ਚਲਕੜੀ ਆ ਹੈ ਨਾ ਤੁਸੀਂ ਇੰਨੇ ਪਿਆਰੇ ਲੱਗ ਰਹੇ ਹੋ ਤੁਸੀਂ ਕੁਐਸਚਨ ਹੀ ਉਹੋ ਜਿਹੇ ਪੁੱਛ ਰਹੇ ਹੋ ਕਿ ਤੁਹਾਨੂੰ ਸੁਣ ਕੇ ਸਾਡੇ ਦਿਨਾਂ ਚ ਆ ਰਿਹਾ ਵੀ ਅਸੀਂ ਵਾਕੇ ਹੀ ਚੈਰਿਟੀ ਕਰੀਏ ਔਰ ਲੋੜਵੰਦਾ ਦਾ ਸਹਾਰਾ ਬਣੀਏ ਆਪਣੇ ਆਲੇ ਦੁਆਲੇ ਜੋ ਕੋ ਲੋੜਵੰਦ ਹੈ ਨੀਡੀ ਹੈਗਾ ਉਹਦੇ ਨਾਲ ਖੜੀਏ ਤੁਹਾਡੇ ਸਵਾਲ ਹੀ ਇਹੋ ਜਿਹੇ ਦਿਲ ਜ਼ਹਿਨ ਦੇ ਵਿੱਚ ਜਾ ਰਹੇ ਆ ਦਿਲ ਨੂੰ چیرਦੇ ਜਾ ਰਹੇ ਆ ਤੁਹਾਡੇ ਸਵਾਲ ਪਿਆਰ ਦੇ ਨਾਲ ਕੇ ਵਾਕਈ ਅਸੀਂ ਸਮਾਜ ਸੇਵਾ ਕਰੀਏ ਸੋ ਲਵ ਯੂ ਬੱਚੇ थैंक यू वेरी मच थैंक यू मैम ਐਕਚੁਅਲੀ ਕੀ ਹੁੰਦਾ ਹੈ मैम ਕਿ ਇਹ ਕਹਿੰਦੇ ਆ ਕਿ ਪਰਮਾਤਮਾ ਖੁਦ ਧਰਤੀ ਤੇ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਸੋ ਪਰਮਾਤਮਾ ਲਾਇਓਨਸ ਕਲਬ ਸੁਪਰੀਮ ਦੇ ਮੈਂਬਰਸ ਵਿੱਚ ਹੀ ਆ ਗਿਆ ਤਾਂ ਜੋ ਤੁਸੀਂ ਇੰਨੀ ਹੈਲਪ ਕਰ ਰਹੇ ਹੋ ਸੋ ਮੈਂ ਵੀ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਕਰਦੀ ਆ ਈਵਨ ਸਾਨੂੰ ਖੁਸ਼ੀ ਹੁੰਦੀ ਹੈ ਅਦਰਵਾਈਜ਼ ਅਸੀਂ ਅਕਸਰ ਸੋਚਦੇ ਆ ਕਿ ਇੰਡੀਆ ਛੱਡ ਕੇ ਫੋਰਨ ਚਲੇ ਜਾਣਾ ਕਿਉਂਕਿ ਇੱਥੇ ਹਾਲਾਤ ਆ ਜਿਹੜੇ ਦਿਨ-ਪ੍ਰਤੀ ਦਿਨ ਬਦ ਤੋਂ ਬੱਤਰ ਹੁੰਦੇ ਜਾ ਰਿਹਾ ਬਟ ਜਦੋਂ ਅਸੀਂ ਤੁਹਾਡੇ ਵਰਗੀਆਂ ਮਹਾਨ ਸ਼ਖਸੀਅਤਾਂ ਨਾਲ ਮਿਲਦੇ ਆ ਫਿਰ ਦਿਲ ਕਰਦਾ ਕਿ ਨਹੀਂ ਪੰਜਾਬ ਇਜ਼ ਦਾ ਬੈਸਟ ਸੋ ਸਵੀਟ ਸੋ ਸਵੀਟ ਆਕਚੁਅਲੀ ਹਾਂ ਜੇਗਾ ਜੀ ਇਹ ਜਿਹੜੀ ਧਰਤੀ ਹੈਗੀ ਸਾਡੀ ਉਹ ਕਿਸੇ ਸਹਾਰੇ ਤਾਂ ਖੜੀ ਹੈ ਨਹੀਂ ਜੀ ਇੱਕ ਤਾਂ ਉਹ ਵਾਇਗਰੂ ਨੇ ਰੋਕਿਆ ਹੋਇਆ ਔਰ ਕੁਝ ਲੋਕ ਹੈਗੇ ਨੇ ਜਿਨ੍ਹਾਂ ਨੇ ਜਿਹੜੇ ਕਿ ਇਹ ਸਮਝਦੇ ਹੈਗੇ ਨੇ ਇਨਸਾਨੀਅਤ ਕੀ ਚੀਜ਼ ਹੈਗੀ ਹੈ ਔਰ ਇਨਸਾਨੀਅਤ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਕੋਈ ਧਰਮ ਕੋਈ ਮਜ਼ਹਬ ਜਾਂ ਕੋਈ ਜਾਤ ਪਾਤ ਕੁਝ ਨਹੀਂ ਹੈਗੀ ਹੈ ਉਹ ਵਾਇਗਰੂ ਇੱਕੋ ਹੀ ਹੈਗਾ ਉਹਦੀ ਰੌਸ਼ਨੀ ਜਿਹੜੀ ਹੈਗੀ ਹੈ ਉਹ ਸਾਰਿਆਂ ਦੇ ਦਿਲਾਂ ਚ ਪਹੁੰਚਦੀ ਜਾਏ ਉਹਨਾਂ ਦੇ ਦਿਮਾਗਾਂ ਚ ਪਹੁੰਚੇ ਤੇ ਉਹ ਮਾਨਵਤਾ ਦੀ ਸੇਵਾ ਜਿਹੜੀ ਹੈਗੀ ਆ ਉਹ ਸਭ ਤੋਂ ਸੁਪਰੀਮ ਹੈਗੀ ਆ ਉਸ ਤੋਂ ਜ਼ਿਆਦਾ ਮੇਰੇ ਖਿਆਲ ਦੇ ਨਾਲ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਵੀ ਜਿੰਨਾ ਹੋ ਸਕੇ ਦਸਵੰਦ ਜਿਹੜਾ ਹੈਗਾ ਉਹ ਜ਼ਰੂਰ ਆਪਣੀ ਜਿਹੜੀ ਹੈਗੀ ਹੈ ਕਮਾਈ ਦੇ ਵਿੱਚੋਂ ਦੀ ਕੱਢਣ ਤੇ ਆਪਣਾ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਹੈ ਗਰੀਬ ਕਾ ਮੂ ਗੁਰੂ ਕੀ ਗੋਲਖ ਸੋ ਉਹ ਜਦੋਂ ਅਸੀਂ ਉੱਥੇ ਕੁਝ ਪਾਣ ਦੇ ਹੈਗੇ ਤੇ ਉਹ ਆਪਣੇ ਆਪ ਹੀ ਇੱਕ ਵੈਸੇ ਥੋੜਾ ਟਾਈਮ ਹੈਗਾ ਤਾਂ ਮੈਂ ਇੱਕ ਸਟੋਰੀ ਵੀ ਸੁਣਾਉਣਾ ਚਾਹਾਂਗਾ ਇੱਕ ਬਹੁਤ ਵੱਡਾ ਸੇਠ ਹੁੰਦਾ ਤੇ ਉਹਦਾ ਜਿਹੜਾ ਮੁਨੀਮ ਹੁੰਦਾ ਉਹ ਕਹਿੰਦਾ ਜੀ ਮੈਂ ਜਾਣਾ ਹੈਗਾ ਆਪਣਾ ਦਵਾਰੀਕੇਸ਼ ਜਾਣਾ ਹੈਗਾ ਮੈਂ ਦਰਸ਼ਨ ਕਰਕੇ ਆਣੇ ਹੈਗੇ ਤੇ ਮੁਨੀਮ ਕਹਿੰਦਾ ਆਪਣਾ ਜਿਹੜਾ ਸੇਠ ਹੁੰਦਾ ਉਹ ਕਹਿੰਦਾ ਇੰਜ ਕਰ ਤੂੰ ਜਾ ਰਿਹਾ ਤਾਂ 100 ਰੁਪਏ ਮੇਰਾ ਵੀ ਲੈ ਜਾ ਉਹ 100 ਰੁਪਏ ਲੈ ਕੇ ਜਾਂਦਾ ਹੈਗਾ ਤੇ ਰਸਤੇ 'ਚ ਉਹ ਦੇਖਦਾ ਹੈਗਾ ਵੀ ਇੱਕ ਨਾ ਝੌਪੜੀ 'ਚੋਂ ਬਹੁਤ ਰੋਂਦੀ ਆਵਾਜ਼ ਆ ਰਹੀ ਹੈ ਤਾਂ ਉਹਦੇ 'ਚ ਜਾ ਕੇ ਦੇਖਦਾ ਹੈ ਤੇ ਉੱਥੇ ਪੂਰਾ ਪਰਿਵਾਰ ਜਿਹੜਾ ਹੈਗਾ ਨਾ ਉਹ ਭੁੱਖ ਦੇ ਨਾਲ ਬਿਲਖ ਰਿਹਾ ਸੀਗਾ ਤੇ ਉਹ ਉਹਨਾਂ ਨੂੰ ਪੁੱਛਦਾ ਵੀ ਕੀ ਹੋਇਆ ਕਹਿੰਦੇ ਜੀ ਸਾਨੂੰ 15 ਦਿਨ ਹੋ ਗਏ ਨੇ ਅਸੀਂ ਕੋਈ ਖਾਣਾ-ਮਾਣਾ ਕੁਝ ਨਹੀਂ ਖਾਦਾ ਤੇ ਉਹ ਕਹਿੰਦਾ ਚਲੋ ਕੋਈ ਗੱਲ ਦੀ ਮੈਂ ਕੁਝ ਕਰ ਦਿੰਦਾ ਕਹਿੰਦਾ ਮੇਰੇ ਕੋਲ ਪੈਸੇ ਤਾਂ ਬਹੁਤ ਘਟੇ ਗਏ ਨੇ ਫਿਰ ਉਹਨੂੰ ਯਾਦ ਆਉਂਦਾ ਸੇਖ ਜੀ ਨੇ 100 ਰੁਪਏ ਦਿੱਤਾ ਸੀਗਾ ਮੈਨੂੰ ਉਹ ਉਹਨਾਂ ਦਾ ਖਾਣਾ-ਮਾਣਾ ਦੇ ਕੇ ਉਹਨਾਂ ਨੂੰ 15-20 ਦਿਨਾਂ ਦਾ ਰਾਸ਼ਨ ਵੀ ਪਾ ਦਿੰਦਾ ਤੇ 98 ਰੁਪਏ ਉੱਥੇ ਖਰਚ ਹੋ ਜਾਂਦੇ ਨੇ ਜਦੋਂ ਆਂਦਾ ਮੱਥਾ ਟੇਕ ਕੇ ਵਾਪਸ ਆਂਦਾ ਤੇ ਸੇਖ ਜੀ ਉਹਨੂੰ ਬੁਲਾ ਲੈਂਦੇ ਕਾਕਾ ਇੱਧਰ ਕਹਿੰਦੇ 2 ਰੁਪਏ ਦਾ ਕੀ ਕੀਤਾ ਕਹਿੰਦੇ ਜੀ ਕਿਵੇਂ ਪਤਾ ਲੱਗਿਆ ਤੁਹ ਕਹਿੰਦੇ ਰਾਤ ਨੂੰ ਮੇਰੇ ਸੁਪਨੇ ਦੇ ਵਿੱਚ ਦੁਆਰਕਾਰ ਦੇਸ਼ ਜੀ ਪਹੁੰਚੇ ਤੇ ਉਹਨਾਂ ਨੇ ਕਿਹਾ 98 ਰੁਪਏ ਮੇਰੇ ਕੋਲ ਪਹੁੰਚ ਗਏ ਨੇ ਤੇਰੇ ਤੇ ਉਹ ਜਿਹੜੇ 2 ਰੁਪਏ ਉੱਥੇ ਮੰਦਰ 'ਚ ਚੜਾਏ ਆ ਉੱਥੇ ਗੁਰਦੁਆਰੇ 'ਚ ਚੜਾਏ ਉਹ ਨਹੀਂ ਪਹੁੰਚੇ ਜਿਹੜੇ ਗਰੀਬ ਦੇ ਮੂੰਹ ਦੇ ਵਿੱਚ ਪਾਏ ਉਹ ਉੱਥੇ ਪਹੁੰਚ ਗਏ ਨੇ ਤਾਂ ਇਹ ਜਿਹੜੀ ਹੈਗੀ ਹੈ ਇਹ ਮਾਨਵਤਾ ਦੀ ਸੇਵਾ ਹੈਗੀ ਹੈ ਜੀ ਸਰ ਮੇਰਾ ਇੱਕ ਲਾਸਟ ਸਵਾਲ ਹੈ ਤੁਹਾਨੂੰ ਮੈਂ ਉਹਨਾਂ ਐਨਜੀਓਜ਼ ਦਾ ਨਾਮ ਨਹੀਂ ਲੈਣਾ ਚਾਹਾਂਗੀ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਜਦੋਂ ਕਿਸੇ ਦੀ ਹੈਲਪ ਕੀਤੀ ਜਾਂਦੀ ਹੈ ਤਾਂ ਉਹਨਾਂ ਲੋਕਾਂ ਨੂੰ ਡਾਇਰੈਕਟ ਨਹੀਂ ਇਨਡਾਇਰੈਕਟ ਵੇ ਨਾਲ ਕਿਹਾ ਜਾਂਦਾ ਹੈ ਕਿ ਤੁਸੀਂ 크ਿਸਚੀਅਨਿਜ਼ਮ ਨੂੰ ਐਡਾਪਟ ਕਰੋ ਜਾਂ ਸਿੱਖੀਜ਼ਮ ਨੂੰ ਐਡਾਪਟ ਕਰੋ ਜਾਂ ਹਿੰਦੂਇਜ਼ਮ ਨੂੰ ਐਡਾਪਟ ਕਰੋ ਸੋ ਕੀ ਤੁਹਾਡੇ ਜਿਹੜੇ ਲਾਇਨ ਕਲੱਬ ਜਿਹੜਾ ਸੁਪਰੀਮ ਹੈਗਾ ਇਸ ਦੇ ਵਿੱਚ ਕੋਈ ਐਦਾਂ ਦੀ ਕੰਡੀਸ਼ਨ ਤਾਂ ਨਹੀਂ ਹੈ ਐਸੀ ਕੋਈ ਵੀ ਕੰਡੀਸ਼ਨ ਨਹੀਂ ਆਪਾਂ ਤਾਂ ਜਿਹਦਾ ਜਿਹਦੇ ਖੂਨ ਦਾ ਰੰਗ ਲਾਲ ਹੈ ਅਸੀਂ ਉਹਦੀ ਉਹ ਉਹ ਸਾਡਾ ਧਰਮ ਹੈਗਾ 인 ਮਾਨਵਤਾ ਇਨਸਾਨੀਅਤ ਸੋ ਅਗਰ ਅਗਰ ਉਹ ਪਰਮਾਤਮਾ ਨੇ ਵਾਹਿਗੁਰੂ ਨੇ ਅੱਲਾ ਨੇ ਜਾਂ ਕ੍ਰਾਈਸਟ ਨੇ ਅਗਰ ਕੁਝ ਅਲੱਗ ਆਪਣਾ ਧਰਮ ਬਣਾਇਆ ਹੁੰਦਾ ਤੇ ਤੁਹਾਡਾ ਰੰਗ ਖੂਨ ਦਾ ਨੀਲਾ ਹੋਣਾ ਸੀ ਮੇਰਾ ਪੀਲਾ ਹੋਣਾ ਸੀ ਇਹਨਾਂ ਦਾ ਲਾਲ ਹੋਣਾ ਸੀ ਇਹਨਾਂ ਦਾ ਹਰਾ ਹੋਣਾ ਸੀਗਾ ਸੋ ਉਹਨੇ ਇਕੁਅਲ ਬਣਾਇਆ ਸਾਰਿਆਂ ਨੂੰ ਸੋ ਉਹਦੇ ਵਿੱਚ ਕੋਈ ਵੀ ਐਸਾ ਸਾਡਾ ਕੋਈ ਵੀ ਕਰਟੇਰੀਆ ਨਹੀਂ ਹੈਗਾ ਸਾਡੇ ਲੰਗਰ ਲੱਗਦੇ ਨੇ ਜਿਵੇਂ ਹੁਣ ਇੱਥੇ ਮਾਨਵਤਾ ਦੀ ਸੇਵਾ ਹੋ ਰਹੀ ਹੈ ਅਸੀਂ ਕਿਸੇ ਕੋਲੋਂ ਵੀ ਨਹੀਂ ਪੁੱਛਦੇ ਤੁਹਾਡਾ ਧਰਮ ਕੀ ਹੈ ਤਾਂ ਤੁਹਾਨੂੰ ਅਸੀਂ ਦਵਾਈਆਂ ਦੇਣੀਆਂ ਇੱਥੇ ਸੋ एवरीवन बॉडी ਇਜ਼ ਵੈਲਕਮ ਥੈਂਕ ਯੂ ਸਰ ਤੁਹਾਡੀ ਸੋਚ ਨੂੰ ਅਸੀਂ ਸਲਾਮ ਕਰਦੇ ਆ ਥੈਂਕ ਯੂ ਮੈਮ ਥੈਂਕ ਯੂ ਵੈਰੀ ਮਚ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਸਾਰਤ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਨਾ ਵੀ ਤੁਹਾਡਾ ਕੁਐਸਚਨ ਬੈਂਕ ਬਹੁਤ ਸਟਰੋਂਗ ਹੈ ਥੈਂਕ ਯੂ ਸੋ ਮਚ ਦੂਸਰਾ ਜਿੱਥੇ ਆਪਾਂ ਖੜੇ ਸਾਹਮਣੇ ਲਿਖਿਆ ਮੈਡੀਕਲ ਕੈਂਪ ਜੀ ਮੈਂ ਇਹਦੇ ਬਾਰੇ ਜ਼ਰੂਰ ਜਾਣਨਾ ਪਾਵਾਂਗਾ ਕਿ ਜਿਹੜੀ ਹੈਲਥ ਇਜ਼ ਵੈਲਥ ਤੇ ਅਸੀਂ ਤਿੰਨ ਤਰ੍ਹਾਂ ਦਾ ਖਾਣਾ ਖਾਂਦੇ ਆ ਕਾਰਬੋਹਾਈਡਰੇਟਸ ਪ੍ਰੋਟੀਨਸ ਤੇ ਇੱਕ ਵਿਟਾਮਿਨਸ ਬਹੁਤ ਜ਼ਰੂਰੀ ਨੇ ਸਾਡੀ ਬਾਡੀ ਵਾਸਤੇ ਐਜ਼ ਅ ਪ੍ਰੀਵੈਂਟਿਵ ਮੈਡੀਸਨ 올ਡ ਏਜ ਵਿੱਚ ਕੀ ਅੱਜਕੱਲ ਤੇ ਜਵਾਨੀ ਦੇ ਵਿੱਚ ਵੀ ਹੈ ਜਿਹੜੇ ਸਪਲੀਮੈਂਟਸ ਨੇ ਘਟ ਹੋ ਰਹੇ ਨੇ ਮੇਰਾ ਖਿਆਲ ਕੋਈ ਵੀ ਇੱਥੇ ਯੂਥ ਦਾ ਹੁਣ ਟੈਸਟ ਕਰ ਲੋ ਵਿਟਾਮਿਨ ਡੀ ਸਾਰਿਆਂ ਦਾ ਘੱਟ ਹੋਣਾ ਹੈ ਕਿਉਂਕਿ ਅਸੀਂ ਧੁੱਪ ਵਿੱਚ ਬਹਿੰਦੇ ਹੀ ਨਹੀਂਗੇ ਇਸ ਤਰ੍ਹਾਂ ਕੈਲਸ਼ੀਅਮ ਘੱਟ ਹੋ ਜਾਂਦਾ ਹੈ ਕਦੀ ਕਿਸੇ ਦਾ ਬੀ 12 ਘੱਟ ਹੋ ਜਾਂਦਾ ਹੈ ਤੇ ਬੜਾ ਸੋਹਣਾ ਕੈਂਪ ਲੱਗਾ ਹੈ ਇਹ ਸਪਲੀਮੈਂਟਸ ਨਾਰਮਲ ਮੈਡੀਸਨ ਤੋਂ ਕਿਉਰਿੰਗ ਮੈਡੀਸਨ ਤੋਂ ਬਹੁਤ ਮਹਿੰਗੇ ਹੁੰਦੇ ਨੇ ਐਂਟੀਬਾਇਓਟਿਕ ਸਸਤੀ ਹੈ ਪਰ ਜਿਹੜੇ ਸਪਲੀਮੈਂਟਸ ਬਹੁਤ ਮਹਿੰਗੇ ਨੇ ਤੇ ਇਹ ਬੜਾ ਸੋਹਣਾ ਚਾਂਸ ਹੈ ਤੁਹਾਡੇ ਚੈਨਲ ਦੇ ਥਰੂ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਵੀ ਇੱਥੇ ਆਓ ਤੇ ਇਹ ਸਪਲੀਮੈਂਟਸ ਫ੍ਰੀ ਦੇ ਰਹੇ ਨੇ ਖਾਓ ਤੇ ਆਪਣੀ ਸਿਹਤ ਨੂੰ ਚੰਗਾ ਰੱਖੋ ਜੇ ਹੈਲਥ ਇਜ਼ ਵੈਲਥ ਜੇ ਹੈਲਥ ਚੰਗੀ ਤਾਂ ਹੀ ਤੁਸੀਂ ਮਾਨਵਤਾ ਦੀ ਸੇਵਾ ਕਰੋਗੇ ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਕਿਸ ਦੀ ਕੀ ਮਦਦ ਕਰੋਗੇ ਤੇ ਮੈਂ ਵਧਾਈ ਦੇਣਾ ਲਾਈਨ ਕਲੱਬ ਤੇ ਬਾਕੀ 올ਡ ਏਜ ਹੋਮ ਤੇ ਦੂਸਰੇ ਐਨ ਜੀਓ ਵਾਈਸ ਅਗੇਂਸਟ ਕਰਾਈਮ ਇਹਨਾਂ ਨੂੰ ਵਧਾਈ ਦਿੰਦਾ ਨਾ ਨੇ ਕੈਂਪ ਲਾਇਆ ਤੇ ਬੇਸਿਕਲੀ ਇਹ ਵੀ ਵਾਈਸ ਅਗੇਂਸਟ ਕਰਾਈਮ ਹੈ ਬਿਕਾਜ਼ ਜਿਹੜੀ ਡਿਜ਼ੀਜ਼ ਹੈ ਉਹ ਕ੍ਰਾਈਮ ਕਰਦੀ ਹੈ ਤੇ ਇਹ ਵਾਇਸ ਅਗੇਂਸਟ ਕਿਹੜੀ ਬਿਮਾਰੀ ਦੇ ਰਿਹਾ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਤੇ ਦਵਾਈ ਖਾਣੀ ਚਾਹੀਦੀ ਤੰਦਰੁਸਤੀ ਰੱਖਣੀ ਚਾਹੀਦੀ ਧੁੱਪ 'ਚ ਬੈਠਿਆ ਕਰੋ ਵਿਟਾਮਿਨ ਡੀ ਵੀ ਲਿਆ ਕਰੋ ਇਹ ਮੇਰੀ ਅਪੀਲ ਸਾਰਿਆਂ ਦੀ ਜੀ ਬਿਲਕੁਲ ਜਿਵੇਂ ਸਰ ਨੇ ਕਿਹਾ ਕਿ ਹੈਲਥ ਇਜ਼ ਵੈਲਥ ਇਹ ਗੱਲ ਸੱਚੀ ਹੈ ਕਿ ਜੇਕਰ ਸਾਡੀ ਹੈਲਥ ਵਧੀਆ ਹੋਏਗੀ ਤਾਂ ਹੀ ਉਹ ਅਸੀਂ ਮਤਲਬ ਕਿ ਵਧੀਆ ਜੀਵਨ ਬਤੀਤ ਕਰ ਸਕਦੇ ਹਾਂ ਬਟ ਸਰ ਮੇਰਾ ਇੱਕ ਸਵਾਲ ਹੈ ਤੁਹਾਨੂੰ ਕਿ ਹੈਲਥ ਨੂੰ ਵਧੀਆ ਰੱਖਣ ਦੇ ਲਈ ਡਾਈਟ ਦੇ ਨਾਲ-ਨਾਲ ਸਾਡੇ এনवायरमेंट ਦਾ ਵੀ ਸ਼ੁੱਧ ਹੋਣਾ ਜ਼ਰੂਰੀ ਹੈ ਕੀ ਕਦੇ ਤੁਸੀਂ ਅਜਿਹਾ ਉਪਰਾਲਾ ਕੀਤਾ ਕਿ ਪਲਾਂਟਿੰਗ ਦਾ ਤਾਂ ਕਿ ਵਧੀਆ ਆਕਸੀਜਨ ਮਿਲ ਸਕੇ ਮੈਂ ਇਹ ਕਵਾਂਗਾ ਪੋਲੂਸ਼ਨ ਤਾਂ ਹੋ ਰਹੀ ਐ ਇਹ ਇੰਟਰਨੈਸ਼ਨਲ ਫੀਨੋਮੈਨਾ ਪਰ ਮੈਨੂੰ ਸਮਝ ਨਹੀਂ ਲੱਗਦੀ ਪੋਲੂਸ਼ਨ ਹੋ ਰਹੀ ਉਹਦਾ ਰੂਟ ਕਾਸ ਕਿਉਂ ਨਹੀਂ ਲੋਕੀ ਲੱਭਦੇ ਅਸੀਂ ਜਦੋਂ ਛੋਟੇ ਹੁੰਦੇ ਸੀ ਉਦੋਂ ਕਿਤੇ ਕਿਤੇ ਦਰਖਤ ਹੁੰਦਾ ਸੀਗਾ ਹੁਣ ਤਾਂ ਇੰਨੇ ਕਿ ਦਰਖਤ ਨੇ ਇੰਨੀ ਗ੍ਰੀਨਰੀ ਹੈ ਉਹਦੇ باوجود ਪੋਲੂਸ਼ਨ ਹੋ ਰਹੀ ਐ ਪੋਲੂਸ਼ਨ ਦਾ ਰੂਟ ਕਾਸ ਪਰਾਲੀ ਜਲਣਾ ਨਹੀਂਗਾ ਜੀ ਪੋਲੂਸ਼ਨ ਦਾ ਰੂਟ ਕਾਸ ਮਿੱਟੀ ਕਟਾਣੀ ਐ ਅਸਲੀ ਜਿਹੜਾ ਕਾਸ ਆ ਉਹਨੂੰ ਤਾਂ ਗਵਰਨਮੈਂਟ ਲੱਭ ਰਹੀ ਸੋਲੂਸ਼ਨ ਜਿਹੜੀ ਨਾਈਟ੍ਰੋਜਨ ਨਿਕਲਦੀ ਐ ਗੱਡੀਆਂ ਦੇ ਵਿੱਚੋਂ ਥੈਟ ਇਜ਼ ਪੋਇਜ਼ਨਸ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਐ ਕਿੰਨਾ ਫਿਊਲ ਕਿੰਨਾ ਚੱਲ ਰਿਹਾ ਹਵਾ ਦੇ ਵਿੱਚ ਕਿੰਨਾ ਚੱਲ ਰਿਹਾ ਸਮੁੰਦਰ ਦੇ ਵਿੱਚ ਕਿੰਨਾ ਚੱਲ ਰਿਹਾ ਧਰਤੀ ਤੇ ਕੀ ਗੱਲ ਪੰਜਾਬ ਦੀ ਪ੍ਰਣਾਲੀ ਦਾ ਤੂੰ ਸਿਰਫ ਦਿੱਲੀ ਜਾਂਦਾ ਲਾਹੌਰ ਵੱਲ ਕਿਉਂ ਨਹੀਂ ਜਾਂਦਾ ਹੈਨਾ ਇੱਕ ਪੋਲੀਟੀਕਲ ਇਸ਼ੂ ਬਣਾ ਕੇ ਜੋ ਰੂਟ ਕਾਜ ਆ ਉਹਨੂੰ ਲੱਭਣਾ ਹੁਣ ਲਾਕਡਾਊਨ ਹੋਇਆ ਸੀ ਗੱਡੀਆਂ ਬੰਦ ਸੀ ਲੋਕੀ ਘਰ 'ਚ ਸੀ ਸ਼ੇਅਰ ਆ ਗਏ ਆਪਣੇ ਸੜਕਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਪੋਲੂਸ਼ਨ ਖਤਮ ਹੋ ਗਈ ਤੇ ਪੋਲੂਸ਼ਨ ਨੂੰ ਕੰਟਰੋਲ ਕਰਨ ਲਈ ਇਹੀ ਹੈ ਵੀ ਜਿਹੜੀ ਕੰਸਟ੍ਰਕਸ਼ਨ ਕਰ ਰਹੇ ਨੇ ਉਹ ਕੁਝ ਐਸਾ এনवायरमेंट ਨੂੰ ਕਵਰ ਕਰਨ ਆਪਣੀ ਕਵਰੇਜ ਦੇ ਕੇ ਕਲਾਸ ਨਾਲ ਜਾਂ ਟੈਂਟਸ ਨਾਲ ਕਿ ਉਹਦੀ ਜਿਹੜੀ ਡਸਟ ਆ ਉਹ ਬਾਹਰ ਨਾ ਜਾਵੇ ਪੋਲੂਸ਼ਨ ਇੱਕ ਬਹੁਤ ਵੱਡੀ ਬਿਮਾਰੀ ਚੈਲੰਜ ਆਉਣ ਵਾਲੇ ਵਕਤ ਵਾਸਤੇ ਤੇ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਾ ਕੂੜਾ ਨਾ ਜਲਾਓ ਪੱਤੇ ਨਾ ਜਲਾਓ ਤੇ ਸਾਰੀਆਂ ਪ੍ਰਕਾਸ਼ਨਾਂ ਤੋਂ ਲੈਣੀਆਂ ਚਾਹੀਦੀਆਂ ਨੇ ਜੀ ਬਿਲਕੁਲ ਹਾਂਜੀ ਸੋ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਸੋ ਮੈਂ ਵੀ ਇਨ ਫਿਊਚਰ ਜਿਵੇਂ ਮੈਂ ਫਿਲਹਾਲ ਤਾਂ ਬਹੁਤ ਬਿਜ਼ੀ ਚੱਲ ਰਹੀ ਆ ਬਟ ਮੈਂ ਆਪਣੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਲੋਕ ਆਕੇ ਲਾਇਨਸ ਕਲੱਬ ਸੁਪਰੀਮ ਨਾਲ ਜੁੜਨ ਅਤੇ ਮੈਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕਲੱਬ ਦਾ ਮੈਂਬਰ ਜ਼ਰੂਰ ਬਣਨਾ ਚਾਹਾਂਗੀ ਮੈਂ ਬਹੁਤ ਜ਼ਿਆਦਾ ਇਮਪ੍ਰੈਸ ਹੋਈ ਆ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਹਾ ਜਸ਼ਨ ਬੀਬੀਸੀ ਟੋਰੰਟੋ ਸੋ ਦੋਸਤੋ ਅਸੀਂ ਪਹੁੰਚੇ ਹਾਂ ਇੱਥੇ ਕਲੱਬ ਦੇ ਵਿੱਚ ਜਿੱਥੇ ਸਾਡੀ ਮੁਲਾਕਾਤ ਕਾਜਲ ਮੰਗਲਮੁਖੀ ਜੀ ਨਾਲ ਹੋਈ ਹੈ ਸੋ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਾਜਲ ਮੰਗਲਮੁਖੀ ਜੀ ਤੁਸੀਂ ਆਪਣੇ ਬਾਰੇ ਦੱਸੋ ਕੁਝ ਹਾਂ ਜੀ ਮੈਂ ਆਪ ਸਭ ਕੀ ਕਾਜਲ ਮੰਗਲਮੁਖੀ ਮੈਂ ਫਰਸਟ 트랜ਸਜੈਂਡਰ ਫਰਮ ਇੰਡੀਆ ਤੋਂ ਮੈਂ ਜਰਨਲਿਸਟ ਹਾਂ ਮੈਂ 트랜ਸਜੈਂਡਰ ਐਕਟਿਵਿਸਟ ਹਾਂ aur saath vich ਮੈਂ ਚੰਡੀਗੜ੍ਹ ਤੋਂ ਸਵਚ ਭਾਰਤ ਅਭਿਆਨ ਦੇ ਮੈਂ ਬ੍ਰੈਂਡ ਐਮੈਸਡਰ ਹਾਂ ਆਰੂ ਦਿਨ ਹਾਲਾਂ ਟ੍ਰਾਂਸਜੈਂਡਰ ਵੈਲਫੇਅਰ ਬੋਰਡ ਦੀ ਮੈਂਬਰ ਹੂੰ ਮੈਂ ਘੱਟੋ ਘੱਟ ਮੈਂ 16 17 ਸਾਲ ਤੋਂ ਮੈਂ ਚੰਡੀਗੜ੍ਹ ਪੰਚਕੁਲਾ ਮੋਹਾਲੀ ਆਈ ਮੀਨ ਇਨਕਲੂਡਿੰਗ ਨਾਰਥ ਇੰਡੀਆ ਵਿੱਚ ਮੈਂ ਟ੍ਰਾਂਸਜੈਂਡਰ ਐਕਟਿਵਿਸਟ ਬਣ ਕੇ ਕੰਮ ਕਰਦੀ ਪਈ ਹੂੰ ਜਿਹੜੇ ਟ੍ਰਾਂਸਜੈਂਡਰ ਵਾਸਤੇ ਐਕਸੈਪਟੈਂਸ ਐਜੂਕੇਸ਼ਨ ਇਕੁਐਲਿਟੀ ਮੇਨਸਟ੍ਰੀਮ ਵਾਸਤੇ ਕੰਮ ਕਰਦੀ ਹੂੰ ਐਦਾਂ ਤੋਂ ਮੈਂ ਆਪਣਾ ਡੇਰਾ ਪਰੰਪਰਾ ਜਿਹੜਾ ਹੁੰਦਾ ਹੈ ਉਹਨਾਂ ਨੂੰ ਪ੍ਰੋਮੋਟ ਕਰਦੀ ਹੂੰ ਆਜਕਲ ਜਿਹੜੇ ਮੰਗਲਮੁਕੀ ਮੰਗਲਮੁਕੀ मीनिंग ਮੰਗਲਮੁਕੀ ਜਿਹੜੇ ਹਰ ਮੰਗਲ ਕਾਮਨਾ ਵਿੱਚ ਜਾਂਦੇ ਹਨ ਚਾਹੇ ਉਹ ਕੋਈ ਵੀ ਕਾਸਟ ਵਿੱਚ ਚਾਹੇ இந்து ਹੋ ਮੁਸਲਿਮ ਹੋ ਸਿੱਖ ਕੋਈ ਇਸਾਈ ਹੋ ਕਿਸੇ ਦੇ ਘਰ ਵਿੱਚ ਜਦਾਂ ਖੁਸ਼ੀਆਂ ਹੁੰਦੇ ਨੇ ਤੇ ਉਹਨਾਂ ਦੇ ਘਰ ਵਿੱਚ ਜਾਂਦੇ ਨੇ ਅਸੀਂ ਜਾ ਕੇ ਅਰਦਾਸ ਕਰਕੇ ਦੁਆ ਕਰਕੇ ਉਹਨਾਂ ਦੇ ਘਰ ਵਿੱਚ ਮੰਗਲ ਕਾਮਨਾ ਕਰਕੇ ਐਸੇ ਆਂਦੇ ਨੇ ਤਾਂ ਸਾਨੂੰ ਮੰਗਲਮੁਕੀ ਕਹਿੰਦੇ ਨੇ ਹਾਂਜੀ ਮੇਰਾ ਨਾਮ ਕਾਜਲ ਮੰਗਲਮੁਕੀ ਹੈਗੀ ਤੋ ਆਨੇ ਵਾਲੇ ਸਮਾਏ ਵਿੱਚ ਜਿਹੜੇ ਸਾਡੇ ਪਰੰਪਰਾ ਹੈਗਾ ਉਹ ਪਰੰਪਰਾ ਹੈਗਾ ਬਟ ਇਸ ਨੂੰ ਕੁਝ ਲੋਕ ਬਿਜ਼ਨਸ ਬਣਾ ਲਿੱਤੇ ਸਾਡੇ ਕਿੰਨਰ ਸਮਾਜ ਸਮੁਦਾਇ ਵਿੱਚ ਕੋਈ ਕਿੰਨਰ ਹੈ ਨਹੀਂ ਉਹ ਜ਼ਬਰਦਸਤੀ ਦੇ ਆ ਕੇ ਲੋਕਾਂ ਨੂੰ ਜਿਹੜਾ ਬੜੀ ਤੰਗ ਕਰਕੇ ਆ ਕੋਈ ਰਾਤ ਵਿੱਚ ਵੀ ਬੜੀ ਤੰਗ ਕਰ ਦੇਨੇ ਲੋਗਾਂ ਨੂੰ ਔਰ ਟ੍ਰਾਫਿਕ ਵਿੱਚ ਵੀ ਤੰਗ ਕਰ ਦੇਨੇ ਔਰ ਉਹਦੇ ਨਾਲ ਨਾਲ ਟ੍ਰੇਨ ਵਿੱਚ ਵੀ ਤੰਗ ਕਰ ਦੇਨੇ ਪਰ ਸੱਡੇ ਜਿਹੜੇ ਮੰਗਲਮੁਖੀ ਸਮੁਦਾਇ ਇਹ ਕਹਿੰਦੇ ਨੇ ਇਹ ਇੱਕ ਪਰੰਪਰਾ ਹੈਗਾ ਇਹ ਕੋਈ ਬਿਜ਼ਨਸ ਨਹੀਂ ਹੈਗਾ ਮੇ ਆਨੇ ਵਾਲੇ ਸਮੇਂ ਵਿੱਚ ਸਰਕਾਰ ਵੀ ਜਾਂ ਸਿਸਟਮ ਕੋਈ ਵੀ ਕਈ ਵੀ ਕੋਈ ਵੀ ਸਟੇਟ ਜਿਹੜਾ ਹੈਗੇ ਹਰ ਸਟੇਟ ਵਿੱਚ ਟ੍ਰਾਂਜ਼ੀਟਰ ਵੈਲਫੇਅਰ ਬੋਰਡ ਬੰਨਣਾ ਚਾਹੀਦਾ ਜੋ ਟ੍ਰਾਂਜ਼ੀਟਰ ਵਾਸਤੇ ਵੀ ਉਹਨਾਂ ਦੇ ਨੌਕਰੀ ਵਾਸਤੇ ਸੋਚਣਾ ਚਾਹੀਦਾ تھا ਕਿ ਐਸੀ ਸਰੀਰ ਤੋ ਕਿੰਨਾ ਰਹੇ ਦਿਲ ઓર ਦਿਮਾਗ ਤੋੜ ਕਿੰਨਾ ਰਹੇਗਾ ਹੈ ਨਾ ਮੈਂ ਇਹਨੇ ਕਹਿੰਦੀ ਕਿ ਜਿਹੜਾ ਜਿਹੜਾ ਪਰੰਪਰਾ ਹੈ ਉਹ ਪਰੰਪਰਾ ਰਹਿਣੇ ਦੋ ਉਸਨੂੰ ਬਟ ਉਸਨੂੰ ਕੁਝ ਲੋਕ ਬਿਜ਼ਨਸ ਬਣਾ ਲیتے ਉਹ ਚੰਗੀ ਗੱਲ ਨਹੀਂ ਹੈਗਾ ਲੋਗਾਂ ਦੇ ਅੰਦਰ ਸਨ ਨੂੰ ਲੈ ਕੇ ਜਿਹੜੇ ਮੰਗਲ ਮੁਖੀਆਂ ਨੂੰ ਲੈ ਕੇ ਟਰਾਂਸ ਜੈਂਡਰ ਨੂੰ ਲੈ ਕੇ ਮਾਈਂਡ ਸੈਟ ਬਦਲਣਾ ਚਾਹੀਦਾ ਮਾਪੇ ਜਿੱਦਾਂ ਬੇਟਾ ਔਰ ਬੇਟੀ ਨੂੰ ਆਪਣੀ ਕੋਲ ਰੱਖ ਲੈਂਦੇ ਨੇ ਆ ਜਿੱਦਾਂ ਫਿਊਚਰ ਸੇਫ ਦੇਂਦੇ ਨੇ ਉਹਦਾ ਫਿਊਚਰ ਸੇਫ ਦੇਣਾ ਚਾਹੀਦਾ ਉਹਨਾਂ ਨੂੰ ਪੜਾਣਾ ਚਾਹੀਦਾ ਕੁਆਲੀਫਾਈਡ ਐਜੂਕੇਟਿਡ ਬਣਾਣਾ ਚਾਹੀਦਾ ਬੁਢਾਪੇ ਕੀ ਲਾਟੀ ਸੱਡੇ ਵਰਗੀ ਬੱਚੇ ਵੀ ਬਣ ਸਕਦੇ ਨੇ ਹੈ ਨਾ ਹਾਂਜੀ ਇਹੀ ਮੇਰਾ ਇਹ ਕਹਿਣਾ ਹੈਗਾ ਔਰ ਮੈਂ ਅੱਜ ਵਾਇਸ ਵਾਇਸ ਅਗੇਂਸਟ ਕ੍ਰਾਈਮ ਐਨ ਜੀਓ ਦੇ ਨਾਲ ਮਿਲ ਕੇ ਅਰੋਰਾ ਸਾਹਿਬ ਜੀ ਨਾਲ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਆਪਣਾ ਇਹ ਤੇ मैं अगेंस्ट क्राइम दे खड़ी होके मैं बहुत कुछ मैं सेवा देना चाहती हूँ ताकि जरूरी है आ, जब मेल या फीमेल क्रिमिनल भी हो सकते तो 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 आखिर एक ट्रांसजेंडर क्यों नहीं हो सकती वो भी क्रिमिनल हो सकती ने ताकि मैं अपने समाज में भी मैं अपना प्रमोट करवा ਔਰ ਲੋਕਾਂ ਨੂੰ ਵੀ ਅਸੀਂ ਇਹ ਦਿਖਾਉਣਾ ਚਾਹੁੰਦੇ ਕਿ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ ਜੀ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਅੱਗੇ ਦਰਖਾਸਤ ਕਰਾਂਗੇ ਕਿ ਜਿਵੇਂ ਕਾਜਲ ਮੰਗਲ ਮੁਖੀ ਜੀ ਹੈ ਸੋ ਆਉਣ ਵਾਲੇ ਭਵਿੱਖ ਦੇ ਵਿੱਚ ਸਰਕਾਰ ਨੂੰ ਇਹਨਾਂ ਲਈ ਵੀ ਕੋਈ ਸਹੂਲਤ ਪ੍ਰੋਵਾਈਡ ਕਰਨੀ ਚਾਹੀਏ ਜਿਵੇਂ ਕਿ ਸੀਨੀਅਰ ਸਿਟੀਜ਼ਨ ਨੂੰ ਪੈਨਸ਼ਨ ਲੱਗਦੀ ਹੈ ਜਾਂ ਕੁਝ ਹੋਰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੋ ਕਿਨਰ ਸਮਾਜ ਨੂੰ ਵੀ ਇਹੋ ਜਿਹੀ ਸਹੂਲਤ ਜਿਹੜੀ ਹੈ ਦੇਣੀ ਚਾਹੀਦੀ ਹੈ ਤਾਂ ਜੋ ਇਹਨਾਂ ਦਾ ਬੁਢਾਪਾ ਵੀ ਚੰਗੀ ਤਰ੍ਹਾਂ ਬਤੀਤ ਹੋ ਸਕੇ ਸੋ ਮੈਂ ਨੇ ਚੈਨਲ ਦੇ ਮਾਧਿਅਮ ਰਾਹੀਂ ਕਾਜਲ ਮੰਗਲਮੁਖੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। थैंक यू सो मच।